ठीक है और फंक्शन बोर्ड जो है जो जुटता जा रहा है अभी तालियां मार के नागरिक हौसला अफजाई करिए जा रहा है जी देख सकते सो बहुत बहुत बधाई हो जी सो कितना मान होता है जो दो पंजाब दे विच आके गवां तो असीं इन्नी प्रोडक्शन लैंदे आ सो मैनूं बड़ी खुशी है कि साडे डिपार्टमेंट दे विच इह परिवार दे विच बैठी ऑफिसर भी ने सो इस तों बाद प्रवीर सिंह लहरा बेट उन्हां नूं बेनती कीती जांदी है कि ओह भी अपनी ਇਹ ਪਹਿਲੇ ਨੰਬਰ ਵਾਲੀ ਪਹਿਲੀ ਵਾਰੀ ਕਰਦੀ ਗੱਲ ਹੈ ਜੀ ਪਹਿਲੇ ਨੰਬਰ ਵਾਲੀ ਹੈ ਸੋ ਇਹਦੇ ਵਿੱਚ ਵੀ ਜਿਵੇਂ ਕਿਹਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਜਦੋਂ ਚੁਆਈ ਹੁੰਦੀ ਹੈ ਤੇ ਬਹੁਤ ਡਰ ਹੁੰਦਾ ਕਿ ਜਾਨਵਰ ਕਦੇ ਤੇ ਲਾਮਸਾ ਨਾ ਹੋ ਜਾਵੇ ਬਹੁਤ ਅੱਛੇ ਜਾਨਵਰ ਵੀ ਕਿਰਪਾ ਕਰਕੇ ਉਹ ਜਰਸੀ ਸੀ ਫਸਟ ਸੋ ਅਸੀਂ ਬੇਨਤੀ ਕਰਾਂਗੇ ਹਰਵੀਰ ਸਿੰਘ ਗੁਰ ਖੇਤਰ ਜਿਨ੍ਹਾਂ ਦੇ ਗਾਣੇ 73 ਕਿਲੋ 125 ਗ੍ਰਾਮ ਦੁੱਧ ਦੇ ਕੇ ਮੇਲੇ ਚੋਂ ਪਹਿਲਾ ਇਨਾਮ ਔਰ ਬੁਲਟ ਮੋਟਰਸਾਈਕਲ ਪ੍ਰਾਪਤ ਕੀਤਾ ਜੀ ਫਸਟ ਆਈ ਹੈ ਜੀ ਕੁਰਸ਼ੇਤਰ ਵਾਲਿਆਂ ਤੋਂ ਬੋਲੇ ਸੱਤਰ ਕਿਲੋ 207 ਗ੍ਰਾਮ ਦੁੱਧ ਦਿੱਤਾ ਤੇ ਦੂਸਰੀ ਪੁਜੀਸ਼ਨ ਤੇ ਆਏ ਦੇਖ ਸਕਦੇ ਹੋ ਜੋ DLFA ਮੇਲਾ ਅੰਤਰਰਾਸ਼ਟਰੀ ਮੇਲਾ ਚੰਡੀਗੜ੍ਹ ਚਿੜੇ ਮੰਡੀ ਦੇ ਵਿੱਚ ਹੋਇਆ ਜੀ ਜਿਹੜੇ HF ਨਸਲ ਦੀ ਗਾਂ ਫਸਟ ਆਈ ਆ ਜੀ ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਵੱਲੋਂ ਉਸ ਮਾਲਕ ਨੂੰ ਵੈਸੇ ਆਮ ਤੌਰ ਤੇ ਜੋ ਆਗਦਾ ਮੱਝ ਗਾਂ ਵੇਚ ਕੇ ਬੁਲਟ ਲੈਂਦੇ ਸੀ ਭਾਈ ਜੀ ਆਗੇ ਪਿੱਛੇ ਆ ਜੀ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਗਾਂ ਇੱਕ ਬੁਲਟ ਲੈ ਕੇ ਚੱਲੀ ਹੈ ਇਨਾਮ ਦੇ ਵਿੱਚ ਹਾਂਜੀ ਦੇਖੋ ਭਾਈ ਜੀ ਚਾਚੂ ਮੇਰੇ ਦੇਖੇ ਕਰੀ ਆਵੇ ਸੋ ਦੇਖ ਸਕਦੇ ਹੋ ਜੀ ਤੁਸੀਂ HF ਨਸਲ ਅਸੀਂ ਫੇਰ ਬੇਨਤੀ ਕਰਦੇ ਹਾਂ ਜੇ ਹਰਵੀਰ ਸਿੰਘ ਕੁਲਖੇਤਰ ਵਾਲੇ ਸਾਡੇ ਨੇੜੇ ਹੋਣ ਤਾਂ ਸਾਡਾ ਮਾਣ ਹੋਰ ਵਧੂਗਾ ਕਿਉਂਕਿ ਸੰਨੀ ਗਿੱਲ ਜੀ ਵੇਖੋ ਕਬੱਡੀ ਤਾਂ ਹਰੇਕ ਪਿੰਡ ਦੇ ਵਿੱਚ ਹੁੰਦੀ ਹੈ ਪਰ ਚੰਗੇ ਪਲੇਅਰਾਂ ਨੂੰ ਲੈ ਕੇ ਆਉਣਾ ਉਸ ਕਮੇਟੀ ਦਾ ਬੜਾ ਉਦਮ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਚੰਗੇ ਜਾਨਵਰ ਇੱਥੇ ਆਏ ਨੇ ਇਹ ਕਮੇਟੀ ਦੇ ਉਦਮ ਕਰਕੇ ਹੀ ਆਏ ਨੇ ਹਾਂ ਕੋਈ ਗੱਲ ਨਹੀਂ ਫੋਟੋ ਵਾਸਤੇ ਸਮੇਂ ਇਸ ਤੋਂ ਬਾਅਦ ਬੇਨਤੀ ਕਰਾਂਗਾ ਅਜੀਤ ਦੇਰੀ ਫਾਰਮ ਜਿਨ੍ਹਾਂ ਦੀ ਗਾਂ ਨੇ 70 ਕਿਲੋ 207 ਗ੍ਰਾਮ ਦੁੱਧ ਦਿੱਤਾ ਜੀ ਤਾੜੀਆਂ ਇਹ ਆਪਾਂ ਸਾਰਿਆਂ ਵਾਸਤੇ ਵਾਰ ਰਹੀਆਂ ਕਿਉਂਕਿ ਇਹ ਭਲਵਾਨੀ ਕੁਸ਼ਤੀ ਹੋਈ ਆ ਮੇਲੀ ਬ੍ਰਦਰ ਸਾਰੇ ਨੇ ਕਰ ਭਾਈ ਜੀ ਪਿੱਛੇ ਆ ਜਾਓ ਵੱਡੇ ਵੀਰੇ ਕੋਈ ਗੱਲ ਨਹੀਂ ਹਿੰਮਤ ਮਾਰ ਅਗਲੀ ਵਾਰੀ ਬੁਲਟ ਤੂੰ ਵੀ ਲੈ ਕੇ ਜਾਏਗਾ ਸੋ ਮੁੰਡੇ ਕਹਿੰਦੇ ਟਰੈਕਟਰ ਲੈ ਕੇ ਜਾਣਾ ਸੀ ਬੜੀ ਅੱਛੀ ਗੱਲ ਆ ਔਰ ਸਤਿਗੁਰੂ ਜੀ ਜੋ HF ਨਸਲ ਦੇ ਵਿੱਚ DLF ਮੇਲੇ ਤੋਂ ਸੈਕਿੰਡ ਅਸੀਂ ਜੀ HF ਨਸਲ ਦੀ ਡੇਰੀ ਲਾਈਫ ਫਾਰਮਿੰਗ ਸੋਸਾਇਟੀ ਪੰਜਾਬ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਫੰਕਸ਼ਨ ਬੋਰਡ ਨੂੰ ਸਾਈਕਲ ਦਿੱਤਾ ਜਾ ਰਿਹਾ ਵੀ ਤਾੜੀਆਂ ਮਾਰ ਕੇ ਇਹਨਾਂ ਦੀ ਹੌਸਲਾ ਅਫਜਾਈ ਕਰੀਏ ਆਪਾਂ ਜਾ ਰਿਹਾ ਜੀ ਦੇਖ ਸਕਦੇ ਹੋ ਤੁਸੀਂ HF ਨਸਲ ਦੀ ਸੈਕਿੰਡ ਆਈ ਗਾਂ DLF ਮੇਲੇ ਦੇ ਵਿੱਚ ਚੜੇ ਚੜੇ ਨਾ ਆਜੋ ਭਾਜੀ ਫੋਟੋ ਕਰਾ ਲਓ ਪਿੱਛੇ ਹੋ ਜਾਓ
ਹਾਂਜੀ ਭਾਈ ਇੱਧਰ ਵੇਖ ਲਓ ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾਲਿਆਂ ਵੱਲੋਂ ਹਾਂਜੀ ਦੇਖੋ ਗਾਂ ਦੇ ਮਾਲਕ ਨੂੰ ਸਨਮਾਨਿਤ ਕੀਤਾ ਜਾ ਰਿਹਾ ਭਾਈ ਜੀ ਫੋਨ ਪਿੱਛੇ ਕਰਿਓ ਵੀਰੇ ਭਾਈ ਜੀ ਵੀਰੇ ਥੋੜਾ ਫੋਨ ਪਿੱਛੇ ਕਰ ਹਾਂਜੀ ਦੇਖੋ ਭਾਈ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਪ੍ਰਵੀਨ ਸਿੰਘ ਲਹਿਰਾ ਗੇੜ ਜਿਨ੍ਹਾਂ ਦੀ ਗਊ ਨੇ ਜਰਸੀ ਦੇ ਵਿੱਚ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ਤੇ ਐਚ ਐਮ ਦੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਜੀ 60 ਕਿਲੋ 910 ਗ੍ਰਾਮ ਦੁੱਧ ਦੇ ਕੇ ਅਸੀਂ ਵਧਾਈ ਦਿੰਦੇ ਹਾਂ ਤੇ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦੇ ਕਿ ਤਾੜੀਆਂ ਦੇ ਨਾਲ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਯਾਰ ਆ ਜਾਓ ਪਿੱਛੇ ਆ ਜਾਓ ਕਰੋ ਯਾਰ ਇੱਧਰ ਦੇਖਿਓ ਇਸ ਤੋਂ ਬਾਅਦ ਫਿਰ ਜੀ ਡੇਰੀ ਫਾਰਮ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ ਥੋੜਾ ਅੱਗੇ ਨੂੰ ਜੀ ਥੋੜਾ ਜਿਹਾ ਅੱਗੇ ਹੋ ਜਾਓ ਬਸ ਭਾਈ ਜੀ ਬਾਬਾ ਗੁਰਨਾਮ ਸਿੰਘ ਭਾਈ ਜੀ ਕਾਰ ਸੇਵਾਲਾਂ ਵਾਲਾ ਇਸ ਵੀਰ ਨੂੰ ਸਨਮਾਨਿਤ ਹਾਂਜੀ ਦੇਖੋ ਜੀ ਜਾ ਰਿਹਾ ਜੀ ਸੋ ਪ੍ਰਵੀਨ ਸਿੰਘ ਭਾਈ ਜੀ ਦੇਖੋ ਨਾਮ ਵਾਲਾ ਦੇ ਖਿਲਾਫ ਠੀਕ ਹੈ ਜੀ ਲਹਿਰਾ ਦੇ ਬਹੁਤ ਬਹੁਤ ਵਧਾਈ ਹੋਵੇ ਜੀ ਇਸ ਤੋਂ ਬਾਅਦ ਫਿਰ ਅਸੀਂ ਬੇਨਤੀ ਕਰਾਂਗੇ ਅਜੀਤ ਡੇਰੀ ਫਾਰਮ ਜਿਨ੍ਹਾਂ ਨੇ ਦੂਸਰਾ ਨਾਮ ਵੀ ਜਿੱਤਿਆ ਸੀ ਚੌਥਾ ਨਾਮ ਵੀ ਇਹਨਾਂ ਨੂੰ ਜਾਂਦਾ 60 ਕਿਲੋ 17 ਗ੍ਰਾਮ ਦੁੱਧ ਦੇ ਨਾਲ ਸੋ ਸਰਟੀਫਿਕੇਟ ਲਿਆਓ ਜੀ ਦੂਜੇ ਨੰਬਰ ਤੇ ਆਈ ਇੱਕ ਵੱਖਰਾ ਨਾਮ ਬਣਾ ਕੇ ਚੱਲੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਬਹੁਤ ਸੋ ਇਹਨਾਂ ਨੂੰ ਮੋਟਰਸਾਈਕਲ ਤੁਸੀਂ ਆਪਣੀਆਂ ਤਾੜੀਆਂ ਦੀ ਹੌਸਲਾ ਅਫਜ਼ਾਈ ਦੇ ਨਾਲ ਦੇਣਾ ਵੇ ਤਾੜੀਆਂ ਮਾਰੋ ਇਸ ਤੋਂ ਬਾਅਦ